ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਧੀਨ ਚੱਲ ਰਹੀ ਨਸ਼ਿਆਂ ਵਿਰੁੱਧ ਜੰਗ ਦੇ ਇਸ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰ ਕਮਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵਨਿਊ ਗੋਬਿੰਦਪੁਰਾ ਛੇਹਟਾ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਸੀਪੀ ਰਣਜੀਤ ਸਿੰਘ ਢਿੱਲੋਂ ਦੱਸਿਆ ਕਿ ਕਮਲਜੀਤ ਕੌਰ ਅਤੇ ਉਸਦਾ ਜਵਾਈ ਜੁਗਰਾਜ ਸਿੰਘ, ਪੁੱਤਰ ਪ੍ਰਤਾਪ ਸਿੰਘ ਵਾਸੀ ਗੋਲਡਨ ਐਵਨਿਊ ਗੋਬਿੰਦਪੁਰਾ ਛੇਹਟਾ, ਪਾਕਿਸਤਾਨ ਆਧਾਰਿਤ ਵੱਖ ਵੱਖ ਨਸ਼ਾ ਤਸਕਰਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ। ਉਹਨਾਂ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਮਾਨਯੋਗ DGP ਪੰਜਾਬ ਸ੍ਰੀ ਗੌਰਵ ਯਾਦਵ ਜੀ ਦੀਆਂ ਸਖ਼ਤ ਹਦਾਇਤਾਂ ਮੁਤਾਬਕ ਨਸ਼ਿਆਂ ਤੇ ਗੈਂਗਸਟਰਵਾਦ ਤੇ ਕਾਬੂ ਪਾਉਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਵਾਲੀ ਕਰਮਚਾਰੀਆਂ ਵੱਲੋਂ ਲਗਾਤਾਰ ਇਹ ਮੁਹਿੰਮ ਵਿੱਢੀ ਗਈ ਆ, ਜਿਸ ਦੇ ਤਹਿਤ ਹੁਣ DCP ਸ੍ਰੀ ਮੰਡੇਰ ਸਾਹਿਬ, ADCP 2 ਸ੍ਰੀ ਅਭਿਮਨਿਊ ਰਾਣਾ ਜੀ, ਸਰਵਣਦੀਪ ਜੀ, ACP ਵੈਸਟ, SHO ਕੰਟੋਨਮੈਂਟ ਅਤੇ SHO ਰੋਬਨ ਮਸੀਹ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵਨਿਊ ਹਰਗੋਬਿੰਦਪੁਰ ਛੇਹਟਾ ਤੋਂ ਕਰੀਬ 4 ਕਿਲੋ ਅਤੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ। ਇਹ ਔਰਤ ਆਪਣੇ ਜਵਾਈ ਜੁਗਰਾਜ ਸਿੰਘ, ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ। ਉੱਥੋਂ ਇਹ ਹੀਰੋਇਨ ਮੰਗਾ ਕੇ ਇੱਥੇ ਵੱਖ ਵੱਖ ਇਲਾਕਿਆਂ ਸਪਲਾਈ ਕਰਦੀ ਸੀ, ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਕੰਟੋਨਮੈਂਟ ਦੇ ਵਿੱਚ SHO ਕੰਟੋਨਮੈਂਟ ਵੱਲੋਂ ਇੱਕ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ 4 ਵਿਅਕਤੀ, ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ, ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ, ਦੂਸਰੇ 2-3 ਜਿਹੜੇ ਹੈ ਥਾਣੇ ਘਰਿੰਡੇ ਦੇ ਨੇ, ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ 2 ਪਿਸਤੌਲ, 1 30 ਬੋਰ, 1 312 ਬੋਰ ਅਤੇ 1 ਕਾਰ ਸਟੀਮ ਜਿਹਦੇ 'ਚ ਟਰੈਵਲ ਕਰ ਰਹੇ ਸੀ, ਉਹ ਕਾਬੂ ਕੀਤੇ ਨੇ। ਅਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ, ਇਹਦਾ ਆਲਰੇਡੀ ਇੱਕ ਥਾਣੇ ਘਰਿੰਡੇ ਦੇ ਅਟੈਂਪਟ ਟੂ ਮਰਡਰ ਮੁਕੱਦਮੇ ਦੇ ਵਿੱਚ ਪਕੌੜਾ ਸੀਗਾ, ਉਹਨੂੰ ਕਾਬੂ ਕੀਤਾ। ਇਸ ਤਰ੍ਹਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ, ਇੱਥੋਂ ਦੇ ਅਧਿਕਾਰੀਆਂ ਨੇ ਅਤੇ ਸਮੁੱਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ਼ ਅਤੇ ਗੈਂਗਸਟਰਵਾਦ ਦੇ ਖਿਲਾਫ਼ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋਇਆਂ ਇਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰਕਵਰੀਆਂ ਕੀਤੀਆਂ। ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ, ਜਿਹੜਾ ਪਾਕਿਸਤਾਨ ਨਸ਼ੇ ਤਸਕਰਾਂ ਦੇ ਨਾਲ ਉਹ ਇਨਵੋਲਵ ਹੈਗਾ। ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨਟੱਚ ਆ, ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ, ਇਹਨੇ ਕਿੱਥੇ ਕਿੱਥੇ ਕੰਮ ਕੀਤਾ, ਬੈਕਵਰਡ ਅਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹਤੋਂ ਕਰਕੇ ਉਹਦਾ ਅਸੀਂ। ਹਾਂਜੀ, ਜਵਾਈ ਭਰਾ ਇਹ ਤੋਂ ਇਹਨਾਂ ਦੇ ਦੱਸਣ ਮੁਤਾਬਕ 2-3 ਪਹਿਲਾਂ ਕੰਸਾਈਨਮੈਂਟਸ ਆਈਆਂ ਨੇ, ਬਾਕੀ ਡਿਟੇਲ ਅਸੀਂ ਇਨਵੈਸਟੀਗੇਸ਼ਨ ਇਹਦੀ ਇਨਵੈਸਟੀਗੇਟ ਕਰ ਰਹੇ ਹਾਂ, ਜੋ ਐਗਜੈਕਟ ਹੋਵੇਗਾ, ਫਾਈਨਲ ਹੋਵੇਗਾ ਉਹ ਆਪ ਨੂੰ ਦੱਸ ਸਕਦਾ। ਸਰ ਕਿੱਥੋਂ ਲੈ ਕੇ ਆਉਂਦੇ ਸੀ, ਬਾਰਡਰ ਦੇ ਆਪਣਾ ਟਾਰੀ ਵਾਲੇ ਪਾਸੋਂ ਲੈ ਕੇ ਆਉਂਦੇ ਜਾਂ ਕਿਤੇ ਹੋਰ ਤੋਂ ਲੈ ਕੇ ਆਉਂਦੇ ਸੀ? ਇਹ ਇਸੇ ਕਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਏ ਦੇ ਵਿੱਚੋਂ, ਉੱਥੋਂ ਹੀ ਪਾਰ ਪਾਕਿਸਤਾਨ ਤੋਂ ਪਾਰ ਆਏ ਡਰੋਨ ਦੇ ਰਾਹੀਂ ਇੱਧਰ ਮੰਗਵਾ ਸਕਦੇ। ਤਿੰਨੇ ਰੁਪਏ ਇੱਕੋ ਪਿੰਡ ਦੇ ਕਾਫੀ ਜਿੱਥੇ ਇਹਨਾਂ ਦਾ ਨੈਟਵਰਕ ਚੱਲ ਰਿਹਾ ਸੀ। ਇਹ ਜਿਹੜੇ ਥੱਲੜੇ 3 ਰੋਪੀ ਨੇ, ਵਿਸ਼ਾਲ, ਨਰੇਸ਼, ਕੈਂਟ ਵਾਲਾ ਮੁਕਦਮਾ, ਹਾਂਜੀ ਕੈਂਟ ਵਾਲਾ ਮੁਕਦਮਾ, ਇਹਨਾਂ ਤੋਂ ਵੈਪਨ ਹੁੰਦੇ ਆ, ਉਹਨਾਂ ਦੇ ਖਿਲਾਫ਼ ਐਜ਼ ਆਫ ਨਾਓ ਕੋਈ ਕ੍ਰਿਮੀਨਲ ਕੇਸਿਸ ਦਰਜ ਨਹੀਂ ਹੈਗੇ। ਇਹ ਇਨਵੈਸਟੀਗੇਸ਼ਨ ਆ, ਇਹਨਾਂ ਦੀ ਇੰਟਰੋਗੇਸ਼ਨ ਆ, ਉਹਦੇ 'ਚੋਂ ਜਿਹੜੀ ਗੱਲ ਸਾਹਮਣੇ ਆਵੇਗੀ ਉਹ ਤੁਹਾਡੇ ਨਾਲ ਸ਼ੇਅਰ ਕਰ। ਮਹਿਲਾ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਜਾ ਰਹੀ ਸੀ? ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ, ਆਪਣੇ ਉਹਨਾਂ ਨੇ ਸ਼ਹਿਰ ਦੇ ਵਿੱਚ ਸਪਲਾਈ ਕਰ, ਮਹਿਲਾਵਾਂ ਨੂੰ ਜਾਂ ਫਿਰ ਬੰਦੇ ਨੂੰ ਕੀਤੀ ਜਾ ਰਹੀ?
ਉਹਨਾਂ ਦਾ ਇਹ ਨਹੀਂ ਹੁੰਦਾ, ਉਹਨਾਂ ਨੂੰ ਤਾਂ ਮਾੜੇ ਬੰਦਿਆਂ ਦਾ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਤਸਕਰੀ ਕਰਨੀ ਆ। ਇਹਦੇ ਖਿਲਾਫ਼ ਪਹਿਲਾਂ ਕੋਈ ਬਰਤਨ ਮੇਰੀ ਟਨੋਰ ਦੌਰਾਨ, ਮੇਰੀ ਜਾਣਕਾਰੀ ਦੌਰਾਨ ਤੇ ਪਹਿਲਾਂ ਹੀ ਆ ਜਿਹੜੀ ਇਸ ਸਾਲ ਦੇ ਵਿੱਚ ਪਹਿਲੀ ਹੈ। ਜਵਾਈ ਵੀ ਕਰਦਾ ਤੇ ਇਹ ਵੀ ਕਰਦਾ, ਜਦੋਂ ਇੱਕ ਸਟੱਡੀ ਰੱਖ ਰਹੀ ਆ, ਜਦੋਂ ਇਹ ਨਾਲ ਉਹਨੂੰ ਸ਼ਹਿ ਦੇ ਰਹੀ ਆ, ਉਹਦੇ ਨਾਲ ਮਿਲੀ ਭੁਗਤਾ, ਤੇ ਇਹ ਨੀ ਕਿਹਾ ਜਾ ਸਕਦਾ ਉਹ ਕਰਦਾ ਉਹ ਕਰਦਾ। ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ, ਇਹਦਾ ਜਵਾਈ ਆ, ਤੇ ਇਹ ਉਹਦੇ ਨਾਲ ਸਾਂਭ ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦਾ। ਇਹ ਡਿਟੇਲ ਵਰਕਆਊਟ ਕਰ ਰਹੇ ਹਾਂ, ਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈ। ਇਹਦੀ 20,000 ਡਰੱਗ ਮਨੀ ਬਣੀ ਆ, ਤੇ ਪ੍ਰੋਪਰਟੀ ਜਿਹੜੀ ਅਸੀਂ ਉਹ ਡੇਟਾ ਲੈ ਰਹੇ ਹਾਂ, ਡਿਟੇਲਸ ਲੈ ਰਹੇ ਹਾਂ, ਜਿਹੜੀ ਵੀ ਉਹਨਾਂ ਨੇ ਨਸ਼ਿਆਂ ਤੋਂ ਬਣਾਈ ਹੋਏਗੀ ਉਹਨੂੰ ਅਸੀਂ 68 ਐਫ਼ਰੇਜ਼ ਜਿਹੜੀ ਪ੍ਰੋਪਰ ਕਰ ਦਿੱਤਾ। ਡਰੋਨ ਰਾਹੀਂ ਆਈ ਆ। ਐਸਐਮਜੇ ਨਿਊਜ਼ ਲਈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ।